ਬੀਤੇ ਦਿਨੀ ਭਾਰਤ ਸਰਕਾਰ ਵੱਲੋਂ RSS ਆਗੂ ਨਾਨਾ ਦੇਸ਼ਮੁਖ ਨੂੰ ਭਾਰਤ ਰਤਨ ਇਨਾਮ ਦੇ ਕੇ ਸਿੱਖਾਂ ਸਮੇਤ ਘੱਟ ਗਿਣਤੀਆਂ ਦੇ ਜ਼ਖਮਾਂ 'ਤੇ ਲੂਣ ਛਿੜਕਣ ਦੀ ਇੱਕ ਹੋਰ ਸ਼ਰਮਨਾਕ ਕਾਰਵਾਈ ਕੀਤੀ ਗਈ ਹੈ। ਭਾਰਤ ਦੇ ਰਾਸ਼ਟਰਪਤੀ ਵੱਲੋਂ ਰਾਸ਼ਟਰਪਤੀ ਭਵਨ ਵਿੱਚ ਨਾਨਾ ਦੇਸ਼ਮੁਖ ਨੂੰ ਇਹ ਪੁਰਸਕਾਰ ਉਸ ਦੇ ਮਰਨ ਮਗਰੋਂ ਦਿੱਤਾ ਗਿਆ। 11 ਅਕਤੂਬਰ 1916 ਨੂੰ ਮਹਾਰਾਸ਼ਟਰ ਦੇ ਇੱਕ ਛੋਟੇ ਜਿਹੇ ਪਿੰਡ ਵਿੱਚ ਜਨਮਿਆ ਨਾਨਾ ਦੇਸ਼ਮੁਖ ਕੱਟੜਪੰਥੀ RSS ਆਗੂ ਰਿਹਾ ਹੈ। 1940 ਵਿੱਚ ਸੰਘ ਨੇਤਾ ਹੈਡ ਗੇਵਾਰ ਦੇ ਮਗਰੋਂ ਨਾਨਾ ਦੇਸ਼ਮੁਖ ਨੇ ਸੰਘ ਦੀਆਂ ਕੱਟੜਪੰਥੀ ਕਾਰਵਾਈਆਂ ਦੀ ਅਗਵਾਈ ਕੀਤੀ। 1984 ਦੌਰਾਨ ਭਾਰਤੀ ਫੌਜ ਵੱਲੋਂ ਇੰਦਰਾ ਗਾਂਧੀ ਦੀ ਅਗਵਾਈ ਵਿੱਚ ਦਰਬਾਰ ਸਾਹਿਬ 'ਤੇ ਕੀਤੇ ਹਮਲੇ ਨੂੰ ਉਸਨੂੰ ਜਾਇਜ਼ ਠਹਿਰਾਇਆ ਅਤੇ ਸਿੱਖਾਂ ਦੀ ਖੁੱਲ੍ਹ ਕੇ ਆਲੋਚਨਾ ਕੀਤੀ। 31 ਅਕਤੂਬਰ 1984 ਨੂੰ ਇੰਦਰਾ ਗਾਂਧੀ ਦੀ ਹੱਤਿਆ ਮਗਰੋਂ ਦਿੱਲੀ ਸਮੇਤ ਅਤੇ ਭਾਰਤ ਦੇ ਵੱਖ ਵੱਖ ਹਿੱਸਿਆਂ ਵਿੱਚ ਹੋਈ ਸਿੱਖ ਨਸਲਕੁਸ਼ੀ ਬਾਰੇ ਇਸ ਭਾਰਤ ਰਤਨ ਆਗੂ ਵੱਲੋਂ ਉਸੇ ਸਾਲ ਨਵੰਬਰ ਮਹੀਨੇ ਵਿੱਚ ਅਜਿਹਾ ਲੇਖ ਲਿਖਿਆ ਗਿਆ ਜੋ ਕਿ ਮੌਜੂਦਾ ਅਖੌਤੀ ਲੋਕ ਰਾਜ ਦੇ ਮੱਥੇ 'ਤੇ ਕਲੰਕ ਹੈ। ਆਪਣੇ ਸ਼ਬਦਾਂ ਵਿੱਚ ਨਾਨਾ ਦੇਸ਼ਮੁਖ ਨੇ ਸਿੱਖਾਂ ਦੇ ਕਤਲਿਆਂ ਬਾਰੇ ਉਸੇ ਤਰਜ ਵਿੱਚ ਟਿੱਪਣੀ ਕੀਤੀ ਜਿਵੇਂ ਰਾਜੀਵ ਗਾਂਧੀ ਨੇ ਕਿਹਾ ਸੀ ਕਿ ਜਦੋਂ ਵੱਡਾ ਦਰਖਤ ਡਿੱਗਦਾ ਤਾਂ ਧਰਤੀ ਕੰਬਦੀ ਹੈ। ਇੱਥੇ ਹੀ ਬਸ ਨਹੀਂ, ਇਸ ਸ਼ਖਸ ਨੇ ਸਿੱਖ ਗੁਰੂਆਂ ਵੱਲੋਂ ਸਾਜੇ ਨਿਆਰੇ ਸਿੱਖ ਧਰਮ ਅਤੇ ਖਾਲਸਾ ਪੰਥ ਦੀ ਸਿਰਜਣਾ ਬਾਰੇ ਵੀ ਅਰਥਾਂ ਦੇ ਅਨਰਥ ਕੀਤੇ ਨੇ। ਸਿੱਖਾਂ ਦੇ 5 ਕਕਾਰਾਂ ਨੂੰ ਗੈਰ ਜ਼ਰੂਰੀ ਕਰਾਰ ਦੇਣ, ਸਿੱਖਾਂ ਦੀ ਮਾਰਸ਼ਲ ਸੋਚ, ਹਿੰਦੂ ਖਿਲਾਫ਼ ਹੋ ਰਹੇ ਜ਼ੁਲਮਾਂ ਦੀ ਰਾਖੀ ਵਾਸਤੇ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਕਾਇਮ ਕੀਤਾ ਦਸਾਂ ਅਤੇ ਸਿੱਖ ਬੁੱਧੀਜੀਵੀ ਵਰਗ ਨੂੰ ਭਟਕੇ ਹੋਏ ਕਰਾਰ ਦੇਣ ਸਮੇਤ ਅਨੇਕਾਂ ਬੇਹੁਦਾ ਅਤੇ ਨਿੰਦਣਯੋਗ ਟਿੱਪਣੀਆਂ ਇਸ ਵਿਅਕਤੀ ਨੇ ਕੀਤੀਆਂ ਨੇ। ਇਸ ਦਾ ਇਨਾਮ ਉਸ ਨੂੰ ਭਾਰਤ ਸਰਕਾਰ ਨੇ ਭਾਰਤ ਰਤਨ ਵਜੋਂ ਦਿੱਤਾ। ਵੇਖਣਾ ਇਹ ਹੈ ਕਿ ਕਿੰਨੇ ਜਾਗਰੂਕ ਸਿੱਖ ਚਿੰਤਕ ਅਤੇ ਮਨੁੱਖੀ ਅਧਿਕਾਰਾਂ ਦੇ ਕਾਰਕੁਨ ਇਸ ਦਿੱਤੇ ਭਾਰਤ ਰਤਨ ਪੁਰਸਕਾਰ ਦੀ ਨਿਖੇਧੀ ਕਰਦੇ ਨੇ। ਇਹ ਸ਼ਰਮਨਾਕ ਗੱਲ ਹੈ ਕਿ ਸਾਡੇ ਪੰਥਕ ਆਗੂਆਂ, ਜਥੇਦਾਰ ਅਤੇ ਸਿੰਘ ਸਾਹਿਬਾਨ ਵੱਲੋਂ ਅਜੇ ਤੱਕ ਇਸ ਵਿਸ਼ੇ 'ਤੇ ਇੱਕ ਵੀ ਸ਼ਬਦ ਨਹੀਂ ਬੋਲਿਆ ਗਿਆ ਕਿ ਨਾਨਾ ਦੇਸ਼ਮੁਖ ਨੂੰ ਭਾਰਤ ਰਤਨ ਦੇ ਕੇ ਭਾਰਤ ਸਰਕਾਰ ਨੇ ਸਿੱਖਾਂ ਦੇ ਜ਼ਖਮਾਂ 'ਤੇ ਲੂਣ ਛਿੜਕਿਆ। ਸਾਡੀਆਂ ਇਹਨਾਂ ਗੱਲਾਂ ਦੀ ਪੁਸ਼ਟੀ ਤੁਸੀਂ ਨਾਨਾ ਦੇਸ਼ਮੁਖ ਦੁਆਰਾ ਲਿਖੇ ਗਏ ਆਰਟੀਕਲ ਨੂੰ ਪੜ੍ਹ ਕੇ ਕਰ ਸਕਦੇ ਹੋ।